कल्ले वाल नहीं वधाए जाने मेरी ये मैं बंदे भी वधाए बड़े ने मेरा होर ना कसूर मुटियारे नहीं अखां ने नशेड़ी मेरिया। ये गीत गाने वाले पंजाब के फेमस सिंगर सिमर दौराहा जिहड़ा कि हुण विवादों के विच घिर गया। दरअसल सिमर दौराहे की एक वीडियो वायरल हो रही है जिस दे विच ओह दुकान ते खड़े हंगामा करते नज़र आते हैं, दुकान ते भन तोड़ भी करते हैं। ਇਹ ਵੀਡੀਓ ਹੈ ਜਿਹੜੀ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ ਸਿਮਰ ਦੌਰਾਹੇ ਦੀ ਹੈ, ਜਿਸ ਤੋਂ ਬਾਅਦ ਉਹ ਇੱਕ ਵਾਰੀ ਵਿਵਾਦਾਂ ਦੇ ਵਿੱਚ ਘਿਰ ਗਏ ਨੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਨੇ ਇਸ ਸਿੰਗਰ ਦੇ ਬਾਰੇ। ਬਾਕੀ ਹੁਣ ਸਿਮਰ ਦੌਰਾਹਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਇਸ ਗੱਲ ਦਾ ਜਵਾਬ ਦਿੱਤਾ। ਸਿਮਰ ਦੌਰਾਹਾ ਪੋਸਟ ਪਾ ਕੇ ਲਿਖਦਾ, ਸੱਚੀ ਯਾਰਾ ਅੱਜ ਸਵੇਰੇ ਉੱਠਦੇ ਸਾਰ ਨਵੀਂ ਕਹਿੰਦਾ ਬਾਈ ਵੈਲੈਂਟਾਈਨਸ ਵੀਕ ਚੱਲ ਰਿਹਾ, ਕਿਹਨੂੰ ਦਈਏ ਗੁਲਾਬ, ਮੈਂ ਹੱਸ ਕੇ ਕਿਹਾ ਯਾਰਾ ਹੁਣ ਤਾਂ ਬਾਗ ਹੀ ਉਜੜ ਗਏ, ਕਿਹੜੇ ਗੁਲਾਬ ਅਤੇ ਕਿਹੜੇ ਵੈਲੈਂਟਾਈਨਸ, ਸੱਚੀ ਯਾਰਾ ਜੇ ਤੂੰ ਨਾ ਛੱਡਦੀ ਮੈਂ ਵੀ ਨੋਰਮਲ ਜ਼ਿੰਦਗੀ ਜਿਉਂਦਾ, ਨਾ ਮਸ਼ਹੂਰ ਹੁੰਦਾ, ਨਾ ਕੋਈ ਮੈਨੂੰ ਤੰਗ ਕਰਦਾ ਨਸ਼ੇੜੀ ਕਹਿ ਕੇ, ਕਿਉਂਕਿ ਫਿਰ ਮੈਂ ਇੰਨਾ ਟੁੱਟਿਆ ਹੋਇਆ ਹੀ ਨਾ ਹੁੰਦਾ ਜਿੰਨਾ ਲੋਕ ਕਈ ਵਾਰੀ ਵਹਿਮ ਨਾਲ ਨਸ਼ੇੜੀ ਦਾ ਰੁਤਬਾ ਦੇ ਦਿੰਦੇ ਆ। ਮੈਂ ਕਿਸੇ ਦੀ ਗੱਲ ਦਾ ਕਦੇ ਜਵਾਬ ਨਹੀਂ ਦਿੱਤਾ ਪਹਿਲਾਂ ਅਤੇ ਨਾ ਹੀ ਅੱਗੇ ਕੋਈ ਜਵਾਬ ਦੇਊਂਗਾ, ਸਿੱਧਾ ਬਾਬਾ ਜੀ ਨਾਲ ਲਿਖਤ ਪੜ੍ਹਤ ਹੋਊਗੀ ਮੇਰੀ ਜਾਨ 'ਤੇ, ਪਰ ਤੂੰ ਨਾ ਜਾਂਦਾ ਜ਼ਿੰਦਗੀ 'ਚੋਂ ਤਾਂ ਸਭ ਨੋਰਮਲ ਹੋਣਾ ਸੀ, ਮੈਂ ਜਿਹਦੇ ਨਾਲ ਮਰਜ਼ੀ ਲੜਦਾ, ਜਿਹਦੇ ਨਾਲ ਮਰਜ਼ੀ ਕੋਈ ਗੱਲ ਕਰਦਾ, ਜੋ ਮਰਜ਼ੀ ਕਰਦਾ, ਕਦੇ ਨਿਊਜ਼ ਨਹੀਂ ਸੀ ਬਣਨੀ, ਤੂੰ ਦੇਖ ਲਈ ਤੇਰੇ ਤੋਂ ਟੁੱਟ ਕੇ ਮੈਂ ਕਿੰਨਾ ਚਮਕਿਆ। ਤਾਂ ਸਿਮਰ ਦੌਰਾਹੇ ਨੇ ਇਸ ਘਟਨਾ ਤੋਂ ਬਾਅਦ ਇਹ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਅੰਦਰੋਂ ਟੁੱਟਿਆ ਹੋਇਆ, ਜਿਸ ਕਰਕੇ ਮੇਰੀ ਲੜਾਈ ਝਗੜੇ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਿਊਜ਼ ਜਿਹੜੀ ਹੈ ਉਹ ਬਣ ਜਾਂਦੀ ਹੈ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਜੋ ਸਿਮਰ ਦੌਰਾਹੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।